ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੇ ਹੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪੀਆਰਟੀਸੀ ਪੰਜਾਬ ਦੇ ਜਿਹੜੇ ਕੱਚੇ ਮੁਲਾਜ਼ਮ ਨੇ तकरीबन 6000 ਦੇ ਕਰੀਬ ਇਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਇਹਨਾਂ ਵੱਲੋਂ 2 ਦਿਨ ਦੀ ਹੜਤਾਲ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ 27 ਜੂਨ ਨੂੰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਬੰਸਨ ਸਿਰਫ 400 ਬੱਸਾਂ ਹੀ ਜਿਹੜੀਆਂ ਨੇ ਉਹ ਰੋਡ ਤੇ ਸਨ ਚੱਲ ਰਹੀਆਂ ਸਨ ਔਰ 27 ਤਰੀਕ ਨੂੰ ਹੀ ਜਿਹੜੀ ਹੈ ਪੀਆਰਟੀਸੀ ਦੇ ਜਿਹੜੇ ਕਰਮਚਾਰੀ ਨੇ ਕਰਮਚਾਰੀ ਯੂਨੀਅਨ ਨੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮਲਾਜ਼ਮਾਂ ਦੀ ਜਥੇਬੰਦੀ ਦੀ ਪੀਆਰਟੀਸੀ ਦੀ ਮੈਨੇਜਮੈਂਟ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਤੋਂ ਬਾਅਦ 28 ਜੂਨ ਦਾ ਜਿਹੜਾ ਚੱਕਾ ਜਾਮ ਸੀ ਉਸ ਨੂੰ ਕੈਨਸਲ ਕੀਤਾ ਗਿਆ ਉਸ ਨੂੰ ਵਾਪਸ ਲਿਆ ਗਿਆ ਪਰ ਇਸ ਤੋਂ ਬਾਅਦ ਉਸ ਮੀਟਿੰਗ ਦੇ ਵਿੱਚ ਕੀ ਚਰਚਾ ਹੋਈ ਹੈ ਜਥੇਬੰਦੀ ਦਾ ਇਸ ਤੋਂ ਬਾਅਦ ਕੀ ਫੈਸਲਾ ਲਿਆ ਗਿਆ ਉਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ 27 ਜੂਨ ਦੀ ਮੀਟਿੰਗ ਦੇ ਵਿੱਚ ਪੀਆਰਟੀਸੀ ਤੇ ਪਨਬਸ ਦੀ ਮੈਨੇਜਮੈਂਟ ਦੇ ਨਾਲ ਜੋ ਵੀ ਵਿਚਾਰ ਚਰਚਾ ਕੀਤੀ ਗਈ ਮੈਨੇਜਮੈਂਟ ਵੱਲੋਂ ਜਿਹੜੀ ਜਥੇਬੰਦੀਆਂ ਦੀਆਂ ਮੰਗਾਂ ਨੇ ਉਸ ਤੇ ਵਿਚਾਰ ਕੀਤਾ ਗਿਆ ਔਰ ਉਸ ਨੂੰ ਪੂਰਾ ਕਰਨ ਦਾ ਹੀ ਗੱਲ ਵੀ ਜਿਹੜੀ ਹੈ ਉਹ ਆਖੀ ਗਈ ਸੋ ਪੀਆਰਟੀਸੀ ਤੇ ਪਨਬਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਇੱਕੋ ਜਿਹੜੀ ਹੈ ਇਸ ਵਕਤ ਮੰਗ ਹੈ ਕਿ ਸੇਵਾਵਾਂ ਜਣੀਆਂ ਨੇ ਇਹਨਾਂ ਕਰਮਚਾਰੀਆਂ ਦੀਆਂ ਰੈਗੂਲਰ ਕੀਤੀਆਂ ਜਾਣ ਜਿਹੜੇ ਕੱਚੇ ਕੰਮੇ ਕੱਢੇ ਗਏ ਨੇ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ ਤਨਖਾਹਾਂ ਦੇ ਵਿੱਚ ਜਿਹੜਾ ਹੈ ਸਨਮਾਨਯੋਗ ਵਾਧਾ ਕੀਤਾ ਜਾਵੇ ਔਰ ਹਰ ਸਾਲ 5% ਇਨਕਰੀਮੈਂਟ ਜਿਹੜਾ ਹੈ ਇਹਨਾਂ ਦੀਆਂ ਤਨਖਾਹਾਂ ਤੇ ਦਿੱਤਾ ਜਾਵੇ ਔਰ ਪ੍ਰਾਈਵੇਟਾਈਜ਼ੇਸ਼ਨ ਜਿਹੜੀ ਹੈ ਪੀਆਰਟੀਸੀ ਦੀ ਪਨਬਸਤੀਓ ਜਿਹੜੀਆਂ ਬੰਦ ਕੀਤੀ ਜਾਵੇ ਜਿਹੜੀਆਂ ਪ੍ਰਾਈਵੇਟਾਈਜ਼ੇਸ਼ਨ ਹੋ ਰਹੀਆਂ ਨੇ ਉਹਨਾਂ ਸਕੀਮਾਂ ਨੂੰ ਬੰਦ ਕੀਤਾ ਜਾਵੇ ਸੋ ਇਹ ਵੀ ਐਲਾਨ ਜਿਹੜਾ ਹੈ ਪੀਆਰਟੀਸੀ ਦੇ ਪਨਬਸਤੀ ਕਰਮਚਾਰੀ ਯੂਨੀਅਨ ਵੱਲੋਂ ਕਰ ਦਿੱਤਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੋ ਕਿ ਮੈਨੇਜਮੈਂਟ ਨੇ ਪ੍ਰੋਸਾਹ ਦਿੱਤਾ ਹੈ ਤਾਂ 10 ਜੁਲਾਈ ਤੋਂ ਮੁੜ ਜਿਹੜਾ ਹੈ ਸੰਘਰਸ਼ ਫੇਰ ਉਲਿੱਖਿਆ ਜਾਵੇਗਾ ਫੇਰ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਬੱਸਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਸੋ ਦੇਖਣਾ ਹੋਵੇਗਾ ਕਿ 10 ਜੁਲਾਈ ਤੱਕ BRTC ਦੇ ਜਿਹੜੇ ਕੱਚੇ ਕੰਮੇ ਨੇ ਪਨਬਸ ਦੇ ਜਿਹੜੇ ਕੱਚੇ ਕੰਮੇ ਨੇ ਕਿ ਉਹਨਾਂ ਦੀਆਂ ਮੰਗਾ ਮੰਨੀਆਂ ਜਾਂਦੀਆਂ ਨਹੀਂ ਜਾਂ ਫਿਰ ਆਮ ਲੋਕਾਂ ਨੂੰ ਮੁਰ 10 ਜੁਲਾਈ ਤੋਂ ਬਾਅਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ। ਬਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ।